ਅਸਲਾਮ ਵਾਲੇਕੁਮ ਜਨਾਬ ਅਸੀਂ ਅੱਜ ਖਾਨ ਵਿਕਾਸ ਦੇ ਡੇਰੇ ਆਏ ਸੀ ਤੇ ਖਾਨ ਵਿਕਾਸ ਦੇ ਅਸੀਂ ਨਾ ਫਾਰਮ ਦੀਆਂ ਪਹਿਲੇ ਤੁਹਾਨੂੰ ਤਿੰਨ ਚਾਰ ਵੀਡੀਓ ਦਿੱਤੀਆਂ ਇੱਕ ਦਿੱਤੀ ਬਾਂਸਾਂ ਦੀ ਤੇ ਇਹਨਾਂ ਨੇ ਜਦੀਦ ਟੈਕਨੋਲੋਜੀ ਦੇ ਤਹਿਤ ਲਾਇਆ ਲਸਣ ਉਹਦੀ ਦਿੱਤੀ ਇਹ ਵੀਡੀਓ ਬਣਾ ਕੇ ਇੱਕ ਦਿੱਤੀ ਤੁਹਾਨੂੰ ਅੰਗੂਰਾਂ ਦੀ ਇਹ ਖਾਨ ਵਿਕਾਸ ਦੀ ਮੈਂ ਤੁਹਾਨੂੰ ਦੱਸ ਰਿਹਾ ਕਿਸਾਨ ਭਰਾਓ ਇਹਨਾਂ ਨੇ ਮਿਲੀ ਜੁਲੀ ਕਾਸ਼ਤ ਕੀਤੀ ਆ ਤੁਹਾਨੂੰ ਅੱਗੇ ਦੱਸਿਆ ਸੀ ਕਿ ਕੋਈ ਐਸਾ ਸੀਜ਼ਨ ਨਹੀਂ ਆਉਂਦਾ ਜਦੋਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਇਹਨਾਂ ਨੇ ਜ਼ਮੀਨ ਜਰੂਰ ਨੂੰ ਦੁਕਾਨਦਾਰੀ ਬਣਾ ਲਿਆ ਤਾਨੂੰ ਦਰਸਾ ਦੱਸਣ ਦਾ ਮਕਸਦ ਇਹ ਆ ਕਿ ਸਾਨੂੰ ਨਾ ਰਵਾਇਤੀ ਫਸਲਾਂ ਛੱਡ ਕੇ ਨਾ ਇਹ ਸਾਨੂੰ ਜਿਹੜੀ ਜ਼ਿੰਮੇਵਾਰਨ ਵੀ ਇੱਕ ਦੁਕਾਨਦਾਰੀ ਦੇ ਦੇ ਲੈਣੀ ਚਾਹੀਦੀ ਆ ਕਿ ਫਸਲਾਂ ਬੀਜੀਆਂ ਮਿਲਿਓ ਜੁਲੀਆਂ ਤੇ ਕੋਈ ਸੀਜ਼ਨ ਐਸਾ ਨਾ ਆਵੇ ਜੇ ਸਾਡੇ ਕੋ ਪੈਸੇ ਨਾ ਆਂਦੇ ਹੋਣ ਠੀਕ ਹੈ ਅਗਰ ਰਵਾਇਤੀ ਫਸਲਾਂ ਜਿਹੜੀਆਂ ਹੈਗੀਆਂ ਕਣਕ ਬੀਜ ਲਈ ਕਪਾਹ ਬੀਜ ਲਈ ਉਹ ਮੱਕੀ ਬੀਜ ਲਈ ਉਹ ਫੇ ਕਮਾਦ ਬੀਜ ਲਿਆ ਉਹ ਪੈਸੇ ਸਾਲ ਵਾਰ ਕਮਾਦ ਵੇ ਸਾਲ ਵਾਰ ਆਉਂਦੇ ਆ ਕਣਕ ਦੇ 6 ਮਹੀਨੇ ਬਾਅਦ ਆ ਜਾਂਦੇ ਆ ਲੇ 6 ਮਹੀਨੇ ਇੰਤਜ਼ਾਰ ਕਰਨਾ ਪੈਂਦਾ ਅੱਛਾ ਇਹ ਨਾ ਖਾਨ ਦੇ ਵਿਕਾਸ ਇਹ ਜਿਹੜੀ ਮਿਲਿ ਜੁਲੀ ਕਾਸ਼ ਕਰਦਾ ਨ ਇਹ ਪੁਰਾਣੇ ਕਰਕੇ ਕਾਸ਼ ਕਰਦਾ ਕਿ ਸਾਡੇ ਜ਼ਿੰਮੇਦਾਰੇ ਤੋਂ ਅਸੀਂ 6 ਮਹੀਨੇ ਨਾਲ ਢੱਕੀਏ ਹਰ ਸੀਜ਼ਨ ਦੀ ਫਸਲ ਆਈ ਜਾਵੇ ਪੈਸੇ ਆਉਂਦੇ ਰਹਿਣ ਇਸ ਨਾਲ ਕਿਸਾਨ ਕੀ ਹੁੰਦਾ ਕਿਸਾਨ ਜਨਾਬ ਖੁਸ਼ਹਾਲ ਹੁੰਦਾ ਉਹਦੇ ਕੋਲ ਪੈਸੇ ਲੱਗਦੇ ਵਾਫਰ ਆਉਂਦੇ ਆ ਅੱਜ ਇਹਨਾਂ ਨੂੰ ਅਸੀਂ ਲੈ ਕੇ ਆਈਆਂ ਇੱਥੇ ਦੇਖਿਆ ਤੇ ਇਹਨਾਂ ਨੇ 20 ਲਾਇਆ ਸੀ ਸ਼ਕਰਗੰਦੀ ਦਾ ਅਗਲੇ ਮਹੀਨੇ ਸ਼ਕਰਗੰਦੀ ਆ ਰਿਹਾ ਇਹ ਇਹ ਤੁਹਾਨੂੰ ਦੱਸਾਂਗੇ ਕਿ 20 ਕਿਵੇਂ ਲੱਗਦਾ ਕਿਹੜੇ ਮੌਸਮ 20 ਲੱਗਦਾ ਤੇ ਦਰੋ ਇਹ 20 ਬਣਨ ਤੋਂ ਬਾਅਦ ਵੇ ਟ੍ਰਾਂਸਫਰ ਕਰਦੇ ਆ ਕਿਹੜੇ ਮਹੀਨੇ ਕਰਦੇ ਆ ਇਹਨੂੰ ਖੁਰਾਕ ਕਿੰਨੀ ਪੈਂਦੀ ਆ ਯਾਨੀ ਕਿ ਡੀਏਵੀ ਪੋਟਾਸ਼ ਯੂਰੀਆ ਕਿੰਨਾ ਪੈਂਦਾ ਤੇ ਸ਼ਕਰਕੰਦੀ ਕਿੰਨੀ ਦੇ ਚਾਰ ਹੋ ਜਾਂਦੀ ਆ ਕਿ ਸਾਡੇ ਕੋਲ ਇਹਦੇ ਜਨਾਬ ਕਿਸਾਨ ਭਾਈ ਖੜੇ ਨੇ ਜਿਹੜੇ ਕਰਸਾ ਧਰਤਾ ਨੇ ਇਸ ਫਾਰਮ ਦੇ ਖਾਲਸਾ ਸਾਹਿਬ ਨੇ ਇਹ ਤੁਹਾਨੂੰ ਦੱਸਣਗੇ ਅਜੀ ਖਾਲਸਾ ਸਾਹਿਬ ਕੈਮਰਾ ਮਾਰੋ ਜਨਾਬ ਇਹ ਤੁਹਾਨੂੰ ਦੱਸਣਗੇ ਜੀ ਅਸੀਂ ਬੀ ਕਦੋਂ ਲਾਇਆ ਸੀ ਤੇ ਹੁਣ ਬੀ ਦੀ ਸ਼ਕਲ ਦਿਖਾਣਗੇ ਜਰਾ ਦੇਖੋ ਨਾ ਕੈਮਰਾ ਮਾਰੋ ਜਰਾ ਜੀ ਆ ਖੋਰੀ ਪਾਈ ਆ ਇਹ ਰੋਕਿਆ ਜਨਾਬ ਅਸੀਂ ਇਸ ਤੋਂ ਦੇਖੋ ਜੀ ਇਹ ਰੋਕਿਆ ਜਨਾਬ ਇਹ ਕੋਰੇ ਕੋਰਾ ਪੈਣ ਦੀ ਵਜ੍ਹਾ ਨਾਲ ਤੇ ਇਹ ਨਾ ਸਰਦੀ ਵਧਨ ਦੀ ਵਜ੍ਹਾ ਨਾਲ ਵੀ ਜ਼ਾਇਆ ਨਾ ਹੋ ਜਵੇ ਇਥੋਂ ਦਿਖਾਨਗੇ ਖੋਰੀ ਲਾ ਕੇ ਜਰਾ ਆ ਦੇਖੋ ਹਰਾ ਗਜੂਰ ਵੀ ਬਣ ਰਿਹਾ ਜਨਾਬ ਖੋਰੀ ਪੈਣ ਦੀ ਵਜ੍ਹਾ ਨਾਲ ਇਹ ਅੱਲਾ ਕਰੇ ਵੀ ਪ੍ਰਭਾਵ ਕਰ ਰਿਹਾ ਹੈ ਇਹ ਤਕਰੀਬਨ ਡੇਢ ਕਨਾਲ ਹੈਗਾ ਜਿਹਨਾਂ ਨੇ ਵੀ ਲਾਇਆ ਤੇ ਖਾਲਸਾ ਵੀ ਵੀ ਕਿਹੜੇ ਮਹੀਨੇ ਲਾਇਆ ਸੀ 9 9 ਮਹੀਨੇ 10ਵੇਂ ਮਹੀਨੇ ਲੱਗ ਜਾਂਦਾ ਦੋ ਮਹੀਨੇ ਵਿੱਚ ਵਿੱਚ ਦੋ ਮਹੀਨੇ ਜਾਂ 9ਵੇਂ 10ਵੇਂ ਮਹੀਨੇ ਵੀ ਲਾ ਸਕਦੇ ਆ 9 ਮਹੀਨਾ ਪੂਰਾ ਥੋੜਾ ਕੋ ਹੁੰਦਾ ਕਿ ਤੁਸੀਂ ਬੀ ਲਾ ਸਕਦੇ ਆ ਤਾਂ ਕਿ ਅਗਲੀ ਫਸਲ ਬੀਜਣ ਲਈ ਹਾਂਜੀ ਇਹ ਬੀ ਲਗ ਨੂੰ ਕਿੰਨੀ ਦੇਰ ਹੋ ਗਈ ਤੱਕ ਹੁਣ ਨੂੰ ਜੀ 9 ਤੋਂ ਲਾਗੇ ਪਹਿਲਾ ਮਹੀਨਾ ਆ ਚਾਰ ਪੰਜ ਮਹੀਨੇ ਹੋ ਗਏ ਇਹ ਹੁਣ ਟ੍ਰਾਂਸਫਰ ਅਸੀਂ ਕਦੋਂ ਕਰਨਾ ਕਿਹੜੇ ਮਹੀਨੇ ਕਰਨਾ ਦੂਸਰੇ ਮਹੀਨੇ ਯਾਨੀ ਕਿ ਫਰਵਰੀ ਜਨਾਬ ਇਹ ਕਾਸਟ ਅਗਲੇ ਇਹ ਖੇਤੇ ਲਾਣੇ ਇਹਨਾਂ ਨੇ ਉਥੇ ਵੀ ਕੱਟ ਕੇ ਇਹ ਟੂਟੇ ਕਰਕੇ ਨਾ ਇਹ ਬੀਜ ਖੇਹਾਂ ਬਣਾ ਕੇ ਜ਼ਮੀਨ 'ਚ ਲਾਤਾ ਜਾਂਦਾ ਤੇ ਇਹਨੂੰ ਖਾਦ ਕਿੰਨੀ ਪੈਂਦੀ ਥੱਲੇ ਜਦੋਂ ਅੱਗੇ ਲਾਣਾ ਨਾ ਜੀ ਉਦੋਂ ਇੱਕ ਡੀਏਪੀ ਬੋਰੀ ਇਹ ਪोटाश ਦੀ ਬੋਰੀ ਥੱਲੇ ਥੱਲੇ ਜਨਾਬ ਇੱਕ ਕਹਿੰਦੇ ਆ ਇੱਕ ਏਫੀ ਏਕੜ ਦੀ ਬੋਰੀ ਡੀਏਪੀ ਦੀ ਇੱਕ ਬੋਰੀ ਇਹ ਪोटाश ਦੀ ਇਹ ਵੀ ਜਣ ਲਗਿਆ ਖੇੜਾ ਕੱਢਣ ਤੋਂ ਪਹਿਲੇ ਪਾਉਂਦੇ ਆ ਹਾਂਜੀ ਖੇੜਾ ਕੱਢਣੇ ਇਹ ਫਿਰ ਕੱਟ ਕੇ ਜਦੋਂ ਵੀ ਲੱਗਦਾ ਇਹਦੇ ਇੱਕ ਬਿਲ ਕਾਫੀ ਜਗ੍ਹਾ ਲੱਗ ਜਾਂਦੀ ਹੁੰਦੀ ਹੈ ਹਾਂਜੀ ਹਾਂਜੀ ਤੇ ਇਹ ਦੀ ਫਿਰ ਤੁਸੀਂ ਯਾਨੀ ਕਿ ਕਿੰਨੇ ਮਰਲੇ ਲੱਗਦੇ ਆ ਕਿੱਲੇ 'ਚ ਕਿੱਲੇ 'ਚ ਤਾਂ ਪੰਜ ਕ ਮਰਲੇ ਲੱਗ ਜਾਂਦੇ ਜੀ ਅੱਛਾ ਜੀ ਠੀਕ ਹੈ ਪੰਜ ਬੰਦੇ ਯਾਨੀ ਕਿ ਇਹ ਖਾਲਾ ਜਨਾਬ ਦੱਸ ਰਿਹਾ ਸਾਨੂੰ ਕਿ ਇੱਕ ਕਿੱਲੇ ਵਿੱਚ ਨਾ ਸ਼ਗਰ ਗੰਦੀ ਦੀਆਂ ਵੇਲਾਂ ਲੱਗੀਆਂ ਨਾ ਇਹ ਇਹ ਕੱਟ ਕੇ ਪੰਜ ਮਰਲੇ ਅਸੀਂ ਬੇਲਾਂ ਕੱਟਣੀ ਆ ਉਹਦਾ ਟੋਟੇ ਕਿਤੇ ਜਾਣਗੇ ਤੇ ਫਿਰ ਜਨਾਬ ਸਾਡਾ 1 ਏਕੜ ਲੱਗ ਜਾਏਗਾ ਇਹ ਤਕਰੀਬਨ ਸਾਡੇ ਕੋਲ ਹੈਗੀਆਂ ਕੋਈ 3 ਕਿ ਮਰਲੇ ਹੈਗੇ ਆ ਯਾਨੀ ਕਿ ਇਹਨਾਂ ਨੇ ਇਸ ਸਾਲ ਕਿੰਨੇ ਕਿੱਲੇ ਲਗਣਗੇ ਜਨਾਬੀ ਚਾਰ ਪੰਜ ਕਿੱਲੇ ਲਾਉਣਗੇ ਪੰਜ ਕਿੱਲੇ ਲਾਣਗੇ ਇਹ ਸ਼ਗਨਦੀ ਨਾਲ ਇਹ ਤੁਸੀਂ ਪਹਿਲੇ ਵੀ ਲਾਉਂਦੇ ਰਹੇ ਹੋ ਹੁਣ ਹੀ ਕਾਸ਼ ਕੀਤਾ ਸ਼ੁਰੂ ਹੈ ਜੀ ਦੋ ਚਾਰ ਸਾਲ ਹੋ ਗਏ ਲਾ ਰਹੇ ਆ ਅਸੀਂ ਤੇ ਕੀ ਐਵਰੀ ਨਿਕਲੀ ਤੁਹਾਡੀ ਇਹ ਦਿਨ ਮਾਸ਼ਾਅੱਲਾ 200 ਮਾਨ 150 ਮਾਨ ਯਾਨੀ ਕਿ 150 ਮਾਨ ਦਾ ਮੌਸਮੀ ਹਾਲਾਤ ਦਾ ਅਸਰ ਹੁੰਦਾ ਕੋਈ ਇਹਨਾਂ ਦਾ ਇੱਥੇ ਵੀ ਬਾਰਸ਼ਾਂ ਜ਼ਿਆਦਾ ਹੋ ਗਈਆਂ ਨਹੀਂ ਕੋਈ ਮਸਲਾ ਨਹੀਂ ਥੱਲੇ ਦੀ ਫਸਲ ਹੈ ਬਸ ਉਹ ਸੁੰਡੀ ਟੈਕ ਕਰ ਜਾਂਦੀ ਆ ਜਾਂ ਕੋਈ ਕੀੜੇ ਕੋਈ ਮਸਲਾ ਨਹੀਂ ਬਣਦਾ ਸਪਰੇਅ ਕਰਦੀਆਂ ਦੋ ਹੁੰਦੀਆਂ ਤੇ ਇਹਨੂੰ ਫਫੁੰਦੀ ਤੇ ਨਹੀਂ ਲੱਗਦੀ ਥੱਲੇ ਜਦੋਂ ਦੇ ਜਦੋਂ ਨਹੀਂ ਨਹੀਂ ਕੋਈ ਚੀਜ਼ ਨਹੀਂ ਠੀਕ ਅੱਛਾ ਜੇ ਤੁਸੀਂ ਬੇਲਾ ਕੱਟ ਕੇ ਲਾਂਦੇ ਆ ਇਨਾ ਇਨੂੰ ਜ਼ਹਿਰ ਲਾ ਕੇ ਲਾਉਂਦੇ ਆ ਇਸੇ ਲਾ ਦਿੰਦੇ ਆ ਇੱਦਾਂ ਲਾ ਦੇਣੀ ਹੈ ਜੀ ਤੇ ਪਾਣੀ ਲਾਣਾ ਨਾ ਉਦੋਂ ਪੈਂਡੀ ਸਪਰੇਅ ਕਰ ਦੇਣੀ ਉੱਤੇ ਗੰਦ ਗੁੰਦਾਂ ਦੀ ਅੱਛਾ ਅੱਛਾ ਉਸ ਤੋਂ ਬਾਅਦ ਫਿਰ ਪਾਣੀ ਦੋ ਤਿੰਨ ਪੰਜ ਲਾਵੀ ਉਸ ਤੋਂ ਬਾਅਦ ਇੱਕ ਜ਼ਹਿਰ ਦੀ ਥੈਲੀ ਠੀਕ ਛਟਾ ਲਾ ਛਟਾ ਲਾ ਦੇਣਾ ਬਸ ਇਹੀ ਖਿਆਲ ਚਾਹੀਦਾ ਆ ਜਾ ਬਸ ਜਾਦੂ ਬੋਰੀ ਇਹ ਪਹਿਲੇ ਪਾ ਦੇਣੀ ਹੈ ਦੀ ਇਹ ਵੀ ਤੇ ਨਾਲ ਹਾਂਜੀ ਖਾਲਸਾਬ ਕਹਿ ਰਹੇ ਨੇ ਕਿ ਜਨਾਬ ਦੋ ਬੋਰੀਆਂ ਖਾਦੀਆਂ ਪਾ ਕੇ ਇਹਨਾਂ ਨੂੰ ਤੇ ਨਾਲ ਹੀ ਜ਼ਹਿਰ ਦੀ ਥੈਲੀ ਜਦੋਂ ਪਾਣੀ ਲਾਣਾ ਜ਼ਹਿਰ ਦੀ ਥੈਲੀ ਪਾ ਕੇ ਤੇ ਨਾਲ ਹੀ ਪੈਂਡੀ ਸਪਰੇਅ ਕਰ ਦੇਣੀ ਆ ਉਹ ਇਹ ਸਪਰੇਅ ਕਰਨ ਦਾ ਮਕਸਦ ਇਹ ਹੁੰਦਾ ਕਿ ਜੜੀ ਬੂਟੀ ਨਾ ਆਉਗੇ ਸੜੀਆਂ ਬੇਲਾਂ ਸਾਫ਼ ਰਹਿਣ ਤੇ ਖੇੜਾ ਸਾਫ਼ ਰਹਿਣ ਤੇ ਬੇਲਾਂ ਚੰਗੀਆਂ ਪ੍ਰਵਾਹ ਕਰਨ ਤੇ ਜੇ ਤੁਸੀਂ ਪਿੱਛੇ ਸਰ ਬੀ ਲਾਇਆ ਸੀ ਜਿਸ ਜਨਾ ਕਿਲੇਆਂ ਚ ਉਹਨਾਂ ਕਿਲੇ ਹੁਣ ਕਾਸ਼ ਕਰੋਗੇ ਕਿਲੇ ਬਦਲਾਓਗੇ ਨਹੀਂ ਨਹੀਂ ਕਿਲੇ ਬਦਲ ਦਿੱਤੇ ਬਦਲ ਦਿੱਤੇ ਇਹ ਵੀ ਇੱਕ ਮੇਰੇ ਕਿਸਾਨ ਭਰਾਓ ਬੜਾ ਅੱਛਾ ਫਾਰਮੂਲਾ ਕਿ ਜਦੋਂ ਨਾ ਇਹਦੀ ਇੱਕ ਫਸਲ ਉਹ ਜ਼ਮੀਨ 'ਚ ਲਾਉਂਦੇ ਰਹਿੰਦੇ ਆ ਉਹਦੀ ਪੈਦਾਵਾਰ ਘਟ ਜਾਂਦੀ ਆ ਤੇ ਇਹ ਕਿਸਾਨਾਂ ਨੂੰ ਇੰਨੀ ਅਗਾਹੀ ਹੋ ਗਈ ਆ ਕਿ ਜਦੋਂ ਫਸਲ ਲਾਉਂਦੇ ਆ ਇਹ ਇਹ ਤੇ ਪਹਿਲੇ ਮੱਕੀ ਲਾਉਂਦੇ ਸੀ ਜਾਂ ਕਮਾਦ ਲਾਉਂਦੇ ਆ ਅਗਲੇ ਸਾਲ ਉਹ ਫਸਲ ਅਗਰ ਮੋੜਾ ਰੱਖਣਾ ਤੇ ਠੀਕ ਆ ਨਹੀਂ ਤੇ ਫਸਲ ਬਦਲ ਦਿੰਦੇ ਆ ਇਹ ਵੀ ਜਨਾਬ ਕਿਸਾਨ ਭਰਾਓ ਇਹ ਹਰ ਦਫਾ ਬਦਲ ਕੇ ਲਾਉਂਦੇ ਆ ਤਾਂ ਕਿ ਮੱਕੀ ਦੀ ਪੈਦਾਵਾਰ ਸਾਡੀ ਇਹ ਨਾ ਮੱਕੀ ਦੀ ਪੈਦਾਵਾਰ ਜ਼ਿਆਦਾ ਹੋ ਜਾਂਦੀ ਆ ਇਹਦੇ ਨਾਲ ਸ਼ਗਰਾਂ ਦੀ ਪੈਦਾਵਾਰ ਜ਼ਿਆਦਾ ਹੁੰਦੀ ਆ ਇਹ ਉਹ ਸ਼ਗਰਾਂ ਦੀ ਕੱਢਦੇ ਹੋ ਇਹ ਵੇਚਦੇ ਕਿਥੇ ਆ ਤੁਸੀਂ ਯਾਦ ਚੀਚਾਪਤ ਨਹੀਂ ਲਾਹੌਰ ਸਾਈਵਾਲ ਜਿੱਥੇ ਵੀ ਯਾਨੀ ਕਿ ਮੰਡੀਆਂ ਦਾ ਭਾਅ ਦੇਖ ਕੇ ਕਿਉਂ ਜਦੀਦ ਟੈਕਨੋਲੋਜੀ ਆ ਇਹ ਫੋਨ ਤੇ ਤੁਸੀਂ ਕਿਦੋਂ ਵੀ ਰੇਟ ਪਤਾ ਕਰ ਸਕਦੇ ਆ ਜਿਦਾ ਇਹ ਕਿ ਲਾਹੌਰ ਤੱਕ ਤਾਂ ਸਾਡੀ ਯਾਨੀ ਕਿ ਸਾਡੇ ਰੇਂਜ ਹੈਗਾ ਉਹ ਤੋਂ ਅੱਗੇ ਨਹੀਂ ਜਾਂਦੇ ਕਿ ਲਾਹੌਰ ਸਾਡੇ ਮੋਟਰਵੇ ਬਣ ਗਿਆ ਲਾਗੇ ਇਹ ਨਵਾਸ਼ੀਵ ਦੀ ਮਿਹਰਬਾਨੀ ਹੈ ਕਿ ਮੋਟਰਵੇ ਬਣਾ ਗਿਆ ਤੇ ਕਿਸਾਨ ਭਰਾ ਉਹਨਾਂ ਲਾਹੌਰ ਬਿਲਕੁਲ ਸਾਡੇ 3 ਘੰਟੇ ਲੱਗਦੇ ਸੀ ਸਾਡੇ ਕੋਲ ਖਾਨੇ ਯਾਨੀ ਕਿ ਟੋਬਾ ਆ ਉਥੋਂ ਮੋਟਰਵੇ ਤੇ ਚੜਨੇ ਆ ਜੀ 2 ਘੰਟੇ ਲਾਹੌਰ ਪਹੁੰਚ ਜਾਂਦੇ ਆ ਇਹ ਨਵਾਸ਼ੀਵ ਦੀ ਜਨਾ ਮਿਹਰਬਾਨੀ ਆ ਕਿ ਮੋਟਰਵੇ ਬਣਾ ਗਿਆ ਤੇ ਉਹ ਕਿਸਾਨ ਭਰਾ ਨੇ ਲਾਹੌਰ ਬਿਲਕੁਲ ਨੱਕ ਥੱਲੇ ਆ ਗਿਆ ਇਧਰ ਮਲਤਾਨ ਵੀ ਸੜਕੋਂ ਨੱਕ ਥੱਲੇ ਆ ਤੇ ਮਲਤਾਨ ਵੀ ਇਹ ਜਨਾਬ ਹੁਣ ਜਦੋਂ ਸ਼ਕਰ تیار ਹੋ ਜਾਂਦੀ ਆ ਭੇਜਦੇ ਆ ਇਹ ਨਿਕਲਦੀ ਰੇਟ ਕੀ ਹੁੰਦਾ ਹੁਣ ਤੱਕ 60 ਰੁਪਏ ਕਿਲੋ ਸ਼ਕਰ ਹੁੰਦੀ ਆ ਫਰਚੂ ਇਹ ਅਸੀਂ ਤਕਰੀਬਨ 2000 2500 ਦਾ ਥੈਲਾ ਵੇਚਿਆ ਸੀ ਯਾਰ ਪਿਛਲੇ ਸਾਲ ਥੈਲੇ ਜੇ ਵਜ਼ਨ ਕਿੰਨਾ ਹੁੰਦਾ ਸ਼ਕਰ ਕੰਦੇ ਦਾ 50 ਕਿਲੋ ਅੱਛਾ ਇਹ ਜਨਾਬ 50 ਕਿਲੋ ਦਾ ਥੈਲਾ 2000 2500 ਇਹਦੇ ਰੌਂਡ ਅਬਾਊਟ ਕਿਉਂਕਿ ਇਹ ਫਸਲਾਂ ਦਾ ਰੇਟ ਫਿਕਸ ਨਹੀਂ ਹੁੰਦਾ ਕਿਸਾਨ ਨੇ ਆਪਣਾ ਰੇਟ ਨਹੀਂ ਲਾਣਾ ਹੁੰਦਾ ਇਹ ਮੰਡੀ ਦੇ ਹਿਸਾਬ ਨਾਲ ਉਤਾਰ ਚੜਾ ਹੁੰਦਾ ਤੇ ਕਈ ਭਾਣਾ ਮੈਨੂੰ ਫੋਨ ਕੀਤਾ ਯਾਰ ਰੇਟ ਤੁਸੀਂ ਜ਼ਿਆਦਾ ਦੱਸ ਦਿਆਂ ਲੱਗਦਾ ਘਾਟਾ ਉਹ ਜਨਾਬ ਜਿਹੜਾ ਰੇਟ ਲੱਗਿਆ ਉਹ ਦੱਸਦੇ ਹੁੰਦੇ ਅਸੀਂ ਇਹ ਜਦੋਂ ਸਾਡੀਆਂ ਫਸਲ ਤਿਆਰ ਹੋ ਜਾਂਦੀ ਆ ਰੇਟ ਦੂਜੇ ਬੰਦੇ ਲਾਂਦਾ ਇਹ ਕੋਈ ਫੈਕਟਰੀ ਨਹੀਂ ਫੈਕਟਰੀ ਦਾ ਰੇਟ ਆਪਣਾ ਲੱਗਦਾ ਉਹ ਦੱਸਦਾ ਵੀ ਮੈਂ 8420 ਰੁਪਏ ਲੈਣੇ ਆ ਲੇਕਿਨ ਸਾਡਾ ਰੇਟ ਦੂਜੇ ਬੰਦੇ ਲਾਂਦਾ ਇਸੇ ਇਹ ਬਹੁਤ بڑا ਨਕਸਾ ਕਿਸਾਨ ਭਰਾਵਾਂ ਤੇ ਕਿ ਸਾਡਾ ਖਰਚਾ ਪਾ ਕੇ ਰੇਟ ਨਹੀਂ ਲੱਗਦਾ ਇਹ ਦੇਖੋ ਪਹਿਲੇ ਉਹਨਾਂ ਨੇ ਵੀ ਲਾਇਆ ਆ ਵੀ ਨੂੰ ਸਾਂਭਿਆ ਜ਼ਮੀਨ ਦਾ ਕਾਠ ਮਾਰਿਆ ਜ਼ਮੀਨ ਟਖੀ ਆ ਫੇ ਕੱਟ ਕੇ ਇਹਨੂੰ ਟ੍ਰਾਂਸਫਰ ਕਰਨਾ ਖੇਤ ਦੇ ਵਿੱਚ ਉਹ ਖੇਤ ਵੀ ਦਿਖਾਓ ਜਨਾਬ ਖੇਤ ਰੂੜੀ ਪਾ ਕੇ ਤਿਆਰ ਕੀਤੇ ਪਏ ਆ ਆ ਦੇਖੋ ਜਨਾਬ ਆ ਦੇਖੋ ਕਿਉਂਕਿ ਫਰਵਰੀ ਅੱਜ ਫਰਵਰੀ ਆ ਬਿਲਕੁਲ ਨੱਕ ਤੇ ਆਈ ਖੜੀ ਆ ਸਰੋਂ ਵੀ ਬਹੁਤ ਅੱਛੀ ਆ ਇਹ ਆ ਚਾਰ ਕਿਲੇ ਸਰੋਂ ਵੀ ਬੀਜੀ ਅਸੀਂ ਠੀਕ ਹੈ ਇਹ ਫਰਵਰੀ ਸਾਡੇ ਨੱਕ ਤੇ ਆਈ ਖੜੀ ਆ ਇਹ ਜਨਾਬ ਇਹ ਸਾਰੇ ਖਰਚੇ ਅਗਰ ਅਸੀਂ ਕੈਲਕੂਲੇਟ ਕਰੀਏ ਨਾ ਫਿਰ ਕਿਸਾਨ ਕਹਿੰਦਾ ਮੈਂ ਜ਼ਿੰਮੇਦਾਰਾ ਕਰਾਂ ਹੀ ਨਾ ਇਹ ਮੇਰੀ ਅਪੀਲ ਵੀ ਆ ਅਰਬਾਬ-ਏ-ਇਖਤਿਆਰ ਦੇ ਅਗਲੇ ਬਨੇ ਕਿ ਜਨਾਬ ਖਤ ਬੰਨ ਕੇ ਅਪੀਲ ਆ ਕਿ ਇਹ ਥੋੜਾ ਜਿਹਾ ਸੋਚ ਲਓ ਕਿਸਾਨ ਦਾ ਖਰਚਾ ਪਾ ਕੇ ਨਾ ਅਗਰ ਰੇਟ ਲਾ ਦੋ ਨਾ ਇਹ ਤੁਹਾਡੀ ਮਿਹਰਬਾਨੀ ਹੈ ਮੁਰਾਫਾ ਬਿਸ਼ੱਕ ਥੋੜੇ ਦੇ ਦਿਓ ਜਦੋਂ ਅਸੀਂ ਆਪਣਾ ਖਰਚਾ ਕਰਦੇ ਆ ਸਾਡੇ ਖਰਚਾ ਪਾ ਕੇ ਰੇਟ ਨਹੀਂ ਲੱਗਦਾ ਦੁਨੀਆ ਦਾ ਕੋਈ ਕਾਰੋਬਾਰ ਐਸਾ ਨਹੀਂ ਹੈਗਾ ਜਿਹਦਾ ਖਰਚੇ ਪਾਣ ਤੋਂ ਬਗੈਰ ਉਹਦਾ ਰੇਟ ਬਣ ਜਵੇ ਇੰਡਸਟਰੀਆਂ ਚੱਲਦੀਆਂ ਜੁੱਤੀਆਂ ਦੇ ਕਾਰੋਬਾਰ ਆ ਹੋਰ ਚੀਜ਼ਾਂ ਚੀਨੀ ਵਿਕਦੀ ਆ ਸਾਰੇ ਖਰਚੇ ਪਾ ਗਏ ਫੇਰ ਰੇਟ ਲੱਗਦਾ ਲੇਕਿਨ ਸਾਡੇ ਕੋਲ ਮਾਲ ਲੈ ਕੇ ਜਾਂਦੇ ਆ ਉਹ ਰੇਟ ਉਹਨਾਂ ਦਾ ਹੁੰਦਾ ਜੇ ਅਸੀਂ ਉਹਨਾਂ ਕੋਲ ਲੈਣ ਜਾਂਦੇ ਆ ਬੀਜ ਲੈਣ ਜਾਂਦੇ ਆ ਖਾਦ ਲੈਣ ਜਾਂਦੇ ਆ ਸਪਰੇਅ ਲੈਣ ਜਾਂਦੇ ਉਹ ਵੀ ਰੇਟ ਉਹਨਾਂ ਦਾ ਹੁੰਦਾ ਤੇ ਸਾਡੇ ਦੇ ਪੱਧ ਕਿੱਥੋਂ ਆਣਾ ਇਹ ਬੜਾ ਬੜਾ ਅਲਮੀ ਆਇਆ ਕਿ ਕਿਸਾਨ ਨੂੰ ਇਹ ਨਾ ਇਹ ਜੇ ਇਹ ਬੜੀ ਲੰਬੀ ਵੀ ਘਟਣੀ ਪੈਂਦੀ ਆ ਦੇਖੋ ਜ਼ਮੀਨ ਹੁਣ ਤੋਂ ਤਿਆਰ ਅਜ ਤੋਂ 2 ਮਹੀਨੇ 4 ਮਹੀਨੇ ਪਹਿਲੇ ਛੜਨੀ ਪਈ ਕਿਉਂਕਿ ਸ਼ਗਨ ਦੀ ਲਾਣੀ ਆ ਬੀਜ ਦੀ ਰਖਵਾਲੀ ਕਰਨੀ ਪਈ ਆ ਖੋਰੀ ਖਰਾਲ ਖਿਲਾਰਨੀ ਪਈ ਤੇ ਸਭ ਤੋਂ ਵੱਡੀ ਗੱਲ ਆ ਰਿਸਕ ਆ ਨੇਰੇ ਸਵੇਰੇ ਆਣਾ ਪੈਂਦਾ ਕਿਸਾਨ ਨੂੰ ਸੱਪਾਂ ਦੀ ਸਰੀਆਂ ਮਿਦਨੀਆਂ ਪੈਂਦੀਆਂ ਤੇ ਲਿਆਦਾ ਸਾਡੀ ਅਪੀਲ ਆ ਇਹ ਕੋਈ ਬੰਦਾ ਅਰਵਾ ਵੀ ਇਖਤਿਆਰ ਹੈ ਇਹ ਗੱਲ ਸੁਣਨ ਸਾਡੀ ਇਹ ਤਾਂ ਥੋੜਾ ਜਿਹਾ ਗੌਰ ਕਰ ਲੈਣ ਕਿ ਕਿਸਾਨ ਦਾ ਰੇਟ ਅਸੀਂ ਮناسب ਦੇ ਦਈਏ ਅਗਰ ਖਰਚਾ ਪਾ ਕੇ ਨਹੀਂ ਦੇਣਾ ਚਲੋ ਹੁਣ ਹਾਲਾਤ ਇਹ ਬਣੇ ਆ ਕਿ ਡੀਏਪੀ ਦੀ ਬੋਰੀ 10500 ਨੂੰ ਵਿਗਣ ਰਹੀ ਆ 2700 ਦੀ 2400 ਦੀ 2500 ਦੀ ਜਿੱਥੇ ਬੰਦੇ ਬਲੈਕਮੇਲ ਕਰਕੇ ਲੈ ਸਕੇ ਨਾ ਉਹ ਯੂਰੀਆ ਲੈ ਕੇ ਪਾਈ ਆ ਤੇ ਕਣਕ ਜਿਹਨਾਂ ਨੂੰ ਪੈ ਗਈ ਠੀਕ ਆ ਜਿਹਨ ਨਹੀਂ ਪੈ ਸਕੀ ਕਣਕ ਤੀਲੇ ਤੀਲਾ ਖੜੀ ਆ ਅਗਲੀ ਪੈਦਾਵਾਰ ਸਾਡੇ ਤੇ ਕੀ ਹੋਏਗੀ 35 ਕਿਲੇ ਏਕੜ ਪੈਲੇ ਆ 6 ਕਿੱਲੇ ਅਸੀਂ ਕਣਗਲਾਈ ਹੈ ਬਾਕੀ ਇਦਾਂ ਹੀ ਹੈ 6 ਕਿੱਲੇ ਕੋਈ ਚੀਜ਼ ਹੈ ਹੁਣ ਸਰੋਂ ਪੰਜ 6 ਕਿੱਲੇ ਇਹ ਲਾਈ ਆ ਰਲਮੀ ਮਿਲਮੀ ਫਸਲਾਂ ਸਾਰੀ ਲਾਣੇ ਆਂ ਸੀ ਅਸੀਂ ਪੈਸੇ ਆਂਦੇ ਜਾਂਦੇ ਸਾਨੂੰ ਅੱਲਾਹ ਰਹਿਮਤਲਾ ਮਾਸ਼ਾਅੱਲਾ ਜੀ ਦੇਖੋ ਇਹਦਾ ਨਹੀਂ ਮੈਨੇਜਮੈਂਟ ਆ ਕਿ ਇਹ ਮਲ ਯਾਨੀ ਕਿ ਮਿਲੀ ਜੁਲੀ ਇਹ ਕਾਸ਼ਟ ਕਰਦੇ ਆਂ ਤੇ ਪੈਸੇ ਆਂਦੇ ਰਹਿੰਦੇ ਆ ਲੇਦਾ ਮੇਰੀ ਰਵਾਇਤ ਅਖਤਿਆਰ ਅਗੇ ਵੀ ਅਪੀਲ ਆ ਕਿ ਤੁਸੀਂ ਜਨਾਬ ਅਗਰ ਥੋੜਾ ਜਿਹਾ ਸੋਚੋ ਕਿ 10000 ਦੀ ਬੋਰੀ ਇਹ ਬਣ ਕੇ 10500 ਦੀ ਬੋਰੀ ਵਿਕ ਰਹੀ ਹੈ ਡੀਪੀ ਦੀ ਤੇ 22 23 24 25 26 27 ਤੱਕ ਨਾ ਆਖਰੀ ਅਸੀਂ ਬੋਰੀਆਂ ਜਿਹੜੀਆਂ ਲਈਆਂ ਨਾ ਅਸੀਂ ਤੇ ਇਸ ਇਸ ਹਕੂਮਤ ਦੇ ਵਿੱਚ ਉਹ ਅਸੀਂ 2700 ਦੀ ਲਈ ਆ ਹੁਣ ਤੁਸੀਂ ਕਿਹਦੇ ਕੋਲ ਲਈ ਆ ਇਹ ਸਾਰੀ ਜਿੰਨੀ ਵੀ ਜਿਹਨੂੰ ਖਾਦ ਪਈ ਹੈ ਨਾ ਉਹ ਸਾਰਿਆਂ ਨੇ ਖਾਦ ਰੋਕੀ ਸਾਰਿਆਂ ਨੂੰ ਪਈ ਆ ਨਹੀਂ ਤੁਸੀਂਰੇ ਜਾ ਕੇ ਲੈ ਲਓ ਲੱਭ ਜਾਂਦੀ ਆ ਤੇ ਇੱਕ ਦੇ ਸਾਨੂੰ ਖਾਦ ਵੇਲੇ ਹੋਣੀ ਹੋ ਜਵੇ ਸ਼ੁਰੂ ਇਹ ਬੜੀ ਮਿਹਰਬਾਨੀ ਆ ਤੁਸੀਂ ਆ ਇਹ ਸਪਰੇਆ ਜਿਹਦੀਆਂ ਪਹਿਲੇ 700 ਲੀਟਰ ਆਉਂਦਾ ਸੀ ਉਹ 1200 ਦਾ ਕਰਤਾ ਅੱਲਾ ਜਾਣੇ ਕੋਈ ਪੁੱਛਣ ਵਾਲਾ ਨਹੀਂ ਅਜਿਆ ਅਸੀਂ ਬੋਲਣ ਵਾਲੇ ਨਹੀਂ ਤਲੇ ਆ ਗੱਲਾਂ ਦਾ ਅਸਾਂ ਗੱਲ ਹੋਰ ਵੀ ਢੋਰ ਪਈ ਅਸੀਂ ਦੱਸ ਰਹੇ ਸੀ ਅਸੀਂ ਕਿ ਕਿਸਾਨ ਭਰਾਓ ਇਹ ਜੀ ਸਾਡੀ ਸ਼ਕਰਗੰਦੀ ਆ ਨਾ ਇਹ ਅਗਰ ਥੋੜੀ ਜਿਹਾ ਰੱਖ ਲਓ ਹੁਣ 60 ਰੁਪਏ ਕਿਲੋ ਵਿਕਨ ਢਈ ਆ ਇਹ ਪੱਥਰ ਖੇਤੀ ਆ ਇਹ ਅੱਲਾ ਕਰੇ ਜੀ ਅੱਲਾ ਬੜੀ ਬਰਕਤ ਪਾਉਂਦਾ ਯਾਨੀ ਕਿ ਇਹ ਪੱਥਰ ਖੇਤੀ ਹੋਣ ਦੀ ਵਜ੍ਹਾ ਨਾਲ ਕਿ ਇਹਦਾ ਚੰਗਾ ਵਜ਼ਨ ਨਿਕਲਦਾ ਔਰ ਇਹ ਜ਼ਮੀਨ ਲਈ ਇਹਦੀ ਜ਼ਮੀਨ ਨਾ ਯਾਨੀ ਕਿ ਅਗਰ ਰੇਤਲੀ ਜ਼ਮੀਨ ਹੈਗੀ ਨਾ ਉਹ ਵੀ ਅੱਲਾ ਕਰੇ ਠੀਕ ਠਾਕ ਪ੍ਰਭਾਵ ਕਰਦੀ ਆ ਆਪਣਾ ਉਹ ਇਹ ਸ਼ਕਰਗੰਦੀ ਠੀਕ ਪੈ ਜਾਂਦੀ ਆ ਤੇ ਇਹ ਜਿਹੜਾ ਹਾਂ ਹਰ ਸਭ ਕੁਝ ਦੱਸ ਰਹੀ ਸਾਨੂੰ ਤੇ ਸਿਕਰ ਕੀਦਾ ਇਹ ਫਾਇਦਾ ਨਾ ਜਦੋਂ ਪਟਾਈ ਸ਼ੁਰੂ ਹੋਣੀ ਹੈ ਨਾ ਹੂੰ तकरीबन 4 ਕਿੱਲੇ ਹੋਏ ਕੋਈ ਮਹੀਨਾ ਲੱਗ ਜਾਣਾ ਡੇਲੀ 30000 50000 ਡੇਲੀ 30000 50000 ਰੁਪਏ ਦੇ ਹਿਸਾਬ ਨਾਲ ਆਣੇ ਆਣੇ ਲੰਘ ਜਾਣਾ ਮਾਸ਼ਾਅੱਲਾ ਤੇ ਕਾਨਕ ਵੇਚਦੀ ਆ ਵੇਚਨੀ ਆ ਆਣਾ ਲੈ ਚੱਲ ਜਾਣਾ ਅਸੀਂ ਬਸ ਵੇਲੇ ਪੈਸੇ ਸਾਡੇ ਮੁੱਖ ਜਾਣੇ ਦੂਏ ਦਿਨ ਤੇ ਬਹੁਤ ਫਾਇਦਾ ਇਹਨਾਂ ਚੀਜ਼ਾਂ ਦਾ ਸਹੀ ਹੈ ਹੁਣ ਕਿਸਾਨ ਭਰਾਓ ਇਹ ਗੱਲ ਦੱਸਣਾ ਤੁਹਾਨੂੰ ਮਕਸਦ ਇਹ ਆ ਕਿ ਤੁਸੀਂ ਮਿਲੀ ਜੁਲੀ ਕਾਸ਼ ਕਰੋ ਹਾਂਜੀ ਹਾਲਾਤ ਦੇ ਹਿਸਾਬ ਨਾਲ ਜੇ ਖਰਚਾ ਵੀ ਘਟਾਵੇ ਸਾਡਾ ਸਪਰੀਆਂ ਘੱਟ ਹੋਣ ਤੇ ਪੈਦਾਵਾਰ ਅੱਲਾ ਤੁਹਾਨੂੰ ਮੁਨਾਫਾ ਦੇ ਦੇਵੇ ਕਿ ਸਾਡੇ ਲੋਕਾਂ ਦੇ ਬੱਚੇ ਹੀ ਪੜਦੇ ਆ ਆਪਣੇ ਖਰਾਜਤ ਵੀ ਹੁੰਦੇ ਆ ਬਿੱਲ ਵੀ ਤਾਰਨੇ ਆ ਤੇ ਉਮੀਦ ਆ ਤੁਸੀਂ ਕਿਸਾਨ ਭਰਾ ਇਹਨਾਂ ਗੱਲਾਂ ਤੇ ਅਮਲ ਕਰੋਗੇ ਅਗਲੀ ਵੀਡੀਓ ਤੱਕ ਮੈਂ ਯਾਦ ਚਾਹਨਾ ਅਸਲਾਮੁਅਲੈਕੁਮ ਜੀ